ਉੱਥੇ ਸਾਡੇ ਆਮ ਆਦਮੀ ਪਾਰਟੀ ਦੇ ਸਪੋਰਟਸ ਮੈਨ ਦੇ ਪ੍ਰਧਾਨ ਪ੍ਰਦੀਪ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਇੱਕ ਫਰੀ ਮੈਡੀਕਲ ਕੈਂਪ ਲਾਇਆ ਗਿਆ ਜਿਹਦੀ ਜਿਹੜੀ ਵੱਡੀ ਗਿਣਤੀ ਦੇ ਉੱਤੇ ਡਾਕਟਰ ਸਾਹਿਬਾਨਾਂ ਨੇ ਲੋਕਾਂ ਦੀਆਂ ਬਿਮਾਰੀਆਂ ਦੇਖੀਆਂ ਸੁਣੀਆਂ ਅਤੇ ਉਹਨਾਂ ਨੂੰ ਜਿਹੜੀਆਂ ਹੱਲ ਕੀਤਾ ਅਤੇ ਫਰੀ ਹੋਈਆਂ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਨੇ, ਕਿਸ ਤਰ੍ਹਾਂ ਦੇ ਇਲਾਜ ਜਿਹੜੇ ਨੇ ਕੀਤੇ ਗਏ? ਬਹੁਤ ਕੈਂਪ ਰਾਜਨੀਤਿਕ ਵੀ ਜਿਹੜਾ ਜਾਣਾ ਜਾਣ ਨੂੰ ਦੇਖਣ ਨੂੰ ਮਿਲਦਾ, ਪਰ ਐਡਾ ਵੱਡਾ ਕੈਂਪ ਐਡੀ ਵੱਡੀ ਗਿਣਤੀ ਵਿੱਚ ਭੈਣਾਂ ਮਕਾਵਾਂ ਬਜ਼ੁਰਗ ਦੇਖਿਆ ਮਨ ਭਾਗ ਕੀ ਗੱਲ ਹੋਈ ਹੈ ਸਾਹਮਣੇ ਜਿਹੜੀ ਤੁਹਾਡੇ ਹਲਕੇ